ਅਮਰੀਕਾ ਦੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਕੈਨੇਡਾ ਦੀ ਸੌਫਟਵੁੱਡ ਲੰਬਰ ਦੇ ਉੱਪਰ ਐਕਸਾਈਜ਼ ਡਿਊਟੀ ਵਧਾਈ ਗਈ ਹੈ, ਜਿਸ ਦੀ ਕਿ ਚਾਰੇ ਪਾਸੇ ਚਰਚਾ ਜ਼ਰੂਰ ਚੱਲ ਰਹੀ ਹੈ, ਕਿਉਂਕਿ ਇਹ ਮਸਲਾ ਪਹਿਲੀ ਵਾਰੀ ਚਰਚਾ ਦੇ ਵਿੱਚ ਨਹੀਂ ਆਇਆ। ਕੈਨੇਡੀਅਨ ਸੌਫਟਵੁੱਡ ਲੱਕੜ ਉੱਤੇ ਅਮਰੀਕਾ ਨੇ ਇੰਪੋਰਟ ਡਿਊਟੀ ਵਧਾ ਕੇ ਲਗਭਗ ਦੁੱਗਣੀ ਕਰ ਦਿੱਤੀ ਹੈ, ਜਿਸ ਨਾਲ ਸੌਫਟਵੁੱਡ ਇੰਡਸਟਰੀ ਨੂੰ ਵੱਡਾ ਝਟਕਾ ਲੱਗਣ ਦੇ ਆਸਾਰ ਬਣੇ ਹੋਏ ਨੇ। ਅਮਰੀਕਾ ਨੇ ਕੈਨੇਡੀਅਨ ਸੌਫਟਵੁੱਡ ਲੰਬਰ ਉੱਪਰ ਟੈਰਿਫ 14.54% ਕਰ ਦਿੱਤਾ ਹੈ, ਪਹਿਲਾਂ ਇਹ 8% ਦੇ ਲਗਭਗ ਸੀ। ਕੈਨੇਡਾ ਦੀ ਇੰਪੋਰਟ ਡਿਊਟੀ ਇੰਟਰਨੈਸ਼ਨਲ ਵਪਾਰ ਮਿਨਿਸਟਰ ਮੈਰੀ ਐਨ ਜੀ ਨੇ ਇਸ ਨੂੰ ਨਿਰਾਸ਼ਾਜਨਕ ਅਤੇ ਬੇਇਨਸਾਫੀ ਦੱਸਿਆ। ਐਨ ਜੀ ਨੇ ਕਿਹਾ ਕਿ ਇਸ ਨਾਲ ਦੋਵੇਂ ਪਾਸੇ ਦੇ ਕੰਜ਼ਿਊਮਰ ਅਤੇ ਪ੍ਰੋਡਕਸ਼ਨ ਨੂੰ ਨੁਕਸਾਨ ਹੋਏਗਾ ਅਤੇ ਨਾਲ ਹੀ ਇਹ ਵਰਕਰਸ ਦੇ ਵਿੱਚ ਨਾ ਪੱਖੀ ਪ੍ਰਭਾਵ ਪਾਏਗਾ। ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਤ ਮੰਤਰੀ ਬਰੂਸ ਰੋਲਸਟਨ ਨੇ ਵੀ ਅਮਰੀਕਾ ਦੇ ਕਮਰਸ ਡਿਪਾਰਟਮੈਂਟ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਉੱਥੇ ਹੀ ਬੀ ਸੀ ਲੰਬਰ ਟ੍ਰੇਡ ਕੌਂਸਲ ਨੇ ਕਿਹਾ ਕਿ ਇਸ ਤੋਂ ਬੁਰਾ ਸਮਾਂ ਹੋਰ ਨਹੀਂ ਹੋ ਸਕਦਾ, ਕਿਉਂਕਿ ਇੰਡਸਟਰੀ ਪਹਿਲਾਂ ਹੀ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰ ਰਹੀ ਹੈ। ਕੌਂਸਲ ਮੁਤਾਬਕ ਅਮਰੀਕਾ ਦੇ ਇੰਪੋਰਟ ਡਿਊਟੀ ਵਧਾਉਣ ਨਾਲ ਨਿਰਮਾਣ ਕਾਰਜ, ਨੌਕਰੀਆਂ ਅਤੇ ਸੂਬੇ ਦੀ ਆਸ ਪਾਸ ਦੀਆਂ ਕਮਿਊਨਿਟੀਜ਼ ਉੱਪਰ ਨੈਗੇਟਿਵ ਇੰਪੈਕਟ ਪਏਗਾ। ਮਿਨਿਸਟਰ ਮੈਰੀ ਐਨ ਜੀ ਨੇ ਕਿਹਾ ਕਿ ਸੌਫਟਵੁੱਡ ਲੰਬਰ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਸਥਾਈ ਹੱਲ ਲੱਭਣਾ ਚਾਹੀਦਾ, ਕੈਨੇਡਾ ਅਤੇ ਅਮਰੀਕਾ ਦੋਵਾਂ ਦੇ ਹਿੱਤ ਦੇ ਵਿੱਚ ਹੋਏਗਾ। ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹੁਣ ਇਸ ਸਮੇਂ ਦੌਰਾਨ ਸੌਫਟਵੁੱਡ ਲੈਂਬਰ ਦੇ ਉੱਪਰ ਇੰਪੋਰਟ ਡਿਊਟੀ ਵਧਾਈ ਗਈ ਹੈ ਤਾਂ ਇਸ ਦਾ ਪ੍ਰਭਾਵ ਸਿੱਧੇ ਰੂਪ 'ਚ ਅਮਰੀਕੀਆਂ 'ਤੇ ਪਏਗਾ, ਕਿਉਂਕਿ ਅਮਰੀਕਾ ਨੂੰ ਕੈਨੇਡਾ ਤੋਂ ਸਸਤੀ ਲੱਕੜ ਮਿਲਦੀ ਹੈ, ਜਿਸ ਕਾਰਨ ਕੰਸਟਰਕਸ਼ਨ ਦੇ ਕੰਮ ਦੇ ਖਰਚੇ ਘੱਟ ਜਾਂਦੇ ਨੇ। ਪਰ ਜਦੋਂ ਉਹਨਾਂ ਨੂੰ ਮਹਿੰਗੀ ਲੱਕੜ ਲੈਣੀ ਪੈਣੀ ਹੈ ਅਤੇ ਨਾਲੋ ਨਾਲ ਅਮਰੀਕਾ ਦੇ ਵਿੱਚ ਲੰਬਰ ਇੰਡਸਟਰੀ ਮੁਲਕ ਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ ਤਾਂ ਇਸ ਦਾ ਸਿੱਧਾ ਪ੍ਰਭਾਵ ਕੰਜ਼ਿਊਮਰ ਦੇ ਉੱਪਰ ਪਏਗਾ, ਕਿਉਂਕਿ ਜਦੋਂ ਕੰਸਟਰਕਸ਼ਨ ਖਰਚੇ ਵਧਣਗੇ ਤਾਂ ਇਹਦਾ ਬੋਝ ਉਸ ਵਿਅਕਤੀ 'ਤੇ ਪੈਣਾ ਜਿਸ ਵੱਲੋਂ ਕੋਈ ਕਮਰਸ਼ੀਅਲ ਜਾਂ ਰਿਹਾਇਸ਼ੀ ਪ੍ਰੋਪਰਟੀ ਖਰੀਦੀ ਜਾਣੀ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਡੋਨਲਡ ਟਰੰਪ ਦੇ ਸਮੇਂ ਵੀ ਟੈਰਿਫ ਲਗਾਉਣ ਦੀਆਂ ਗੱਲਾਂ ਬਾਤਾਂ ਜਾਂ ਇੰਪੋਰਟ ਡਿਊਟੀ ਵਧਾਉਣ ਦੇ ਮਸਲੇ ਚਰਚਾ ਦੇ ਵਿੱਚ ਸੀ, ਖਾਸ ਕਰਕੇ ਸਟੀਲ, ਐਲੂਮੀਨੀਅਮ ਅਤੇ ਸੌਫਟਵੁੱਡ ਲੰਬਰ ਦੇ ਉੱਪਰ। ਪਰ ਹੁਣ ਕੈਨੇਡਾ ਨੂੰ ਇਸ ਮਾਮਲੇ 'ਚ ਕੋਈ ਪੱਕਾ ਹੱਲ ਲੱਭਣ ਦੇ ਲਈ ਕਦਮ ਅੱਗੇ ਵਧਾਉਣੇ ਪੈਣੇ ਆ, ਕਿਉਂਕਿ ਫਰੀ ਟ੍ਰੇਡ ਐਗਰੀਮੈਂਟ ਦੇ ਤਹਿਤ ਪਹਿਲਾਂ ਵੀ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਕੈਨੇਡਾ ਚੈਲੰਜ ਕਰਦਾ ਰਿਹਾ, ਪਰ ਉਹ ਆਰਜ਼ੀ ਹੱਲ ਹੀ ਸਾਬਤ ਹੋਏ ਨੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।